ਗੱਲ ਜੀ, ਹੁਣੇ ਹੁਣੇ ਇੱਕ ਟਰੈਕਟਰ ਆਇਆ ਸੀ, ਨਵਾਂ ਟਰੈਕਟਰ, ਉਹਦੇ ਕਲੱਚ 'ਚ ਉਹਨਾਂ ਨੇ ਢਿੱਲ ਨਹੀਂ ਪਾਈ, ਇੰਨਾ ਕਲੱਚ ਟਾਇਟ, 300-400 ਘੰਟੇ ਚੱਲਿਆ ਹੋਇਆ ਸੀ, ਤੁਸੀਂ ਐਂ ਲਾ ਲਓ ਵੀ ਉਹ 1000 ਘੰਟਾ ਉਹਦੀ ਕਲੱਚ ਚੱਲ ਗਈ। ਰੀਪਰ 'ਤੇ ਟਰੈਕਟਰ ਚੱਲਦਾ ਹੁਣ ਆਪਣਾ ਸੀਜ਼ਨ ਆ, ਹੋਰ ਕਿਸੇ ਵੀ ਕੰਮਾਂ 'ਤੇ ਚੱਲਦਾ, ਫਿਰ ਆਪਾਂ ਬਾਅਦ 'ਚ ਕੰਪਨੀਆਂ ਦਾ ਨੁਕਸ ਕੱਢੀ ਜਾਂਦੇ ਹਾਂ, ਕਲੱਚ 'ਚ ਜੇ ਢਿੱਲ ਨਹੀਂ ਪਾਓਗੇ ਚਾਹੇ 1.5 ਕਰੋੜ ਵਾਲਾ ਟਰੈਕਟਰ ਆ, ਉਹਨੇ ਵੀ ਨਹੀਂ ਬਚਣਾ। ਇੰਨੀ ਢਿੱਲ ਐਟਲੀਸਟ ਆ, ਦੇਖ ਇੰਚ ਕੁ ਦੀ, ਆ ਦੇਖ ਇੰਨੇ ਨਾਲ ਵੀ ਨਾ ਹਿਲਦਾ, ਜਦੋਂ ਇਹ ਜਮਾਂ ਹੀ ਢਿੱਲ ਨਹੀਂ ਹੁੰਦੀ, ਮਾੜਾ ਜਿਹਾ ਪੈਰ ਰੱਖੇ ਤਾਂ ਟਰੈਕਟਰ ਰੁਕਣ ਲੱਗ ਜਾਂਦਾ, ਤਾਂ ਕਲੱਚ ਪਲੇਟ ਸਲਿੱਪ ਕਰੀ ਜਾਂਦੀ ਉੱਪਰ ਦੀ, ਮਾੜਾ ਜਿਹਾ ਪੈਰ ਰੱਖਣ ਨਾਲੇ ਸਲਿੱਪ ਕਰਨ ਲੱਗ ਜਾਂਦੀ, ਅੰਦਰ ਹਿੱਲ ਹਿੱਲ ਕੇ ਵੀ ਕੰਮ ਕਰਦਾ। ਮਤਲਬ ਕਹਿਣ ਤੋਂ ਭਾਵ 1-1.5 ਇੰਚ ਕਲੱਚ 'ਚ ਢਿੱਲ ਬਹੁਤ ਜ਼ਰੂਰੀ ਆ, ਦੇਖੇ ਤਾਂ ਇੰਨੇ ਕੁ ਨਾਲੇ ਕੰਮ ਕਰੀ ਜਾਂਦਾ। ਜੇ ਕਲੱਚ ਬਿਲਕੁਲ ਇੱਥੇ ਕੰਮ ਕਰਦਾ ਤਾਂ ਉਹ 'ਚ ਢਿੱਲ ਪਾਓ, ਨਹੀਂ ਕਲੱਚ ਪਲੇਟ ਦਾ ਜਿਹੜਾ ਬਿੜਾ ਉਹ 1 ਮਿੰਟ 'ਚ ਬਹਿ ਜਾਣਾ, ਨਵੇਂ